रखड़ी बनना ਕਿਹੜੇ ਪਿੰਡ ਆਏ ਹੋ ਅਸੀਂ ਤੀਜਰ ਵਿਲਾ ਜਿਵੇਂ ਇੱਥੇ ਹੜਾਂ ਦਾ ਹਲਾਰ ਹੜਾ ਕਰਕੇ ਕਾਫੀ ਨੁਕਸਾਨ ਆ ਸੜਕਾਂ ਰਸਤੇ ਹੀ ਬੰਦ ਨੇ ਤੇ ਕਿੰਨੀ ਕਿ ਔਖਾਈ ਹੋਈ ਹਾਂਜੀ ਬਹੁਤ ਦਿੱਕਤ ਆਈ ਸਾਨੂੰ ਆਉਣ ਵਾਸਤੇ ਛੋਟੇ ਛੋਟੇ ਬੱਚੇ ਵੀ ਨਾਲ ਆਏ ਸੀ ਤੇ ਪੱਕੀਆਂ ਟੁੱਟੀਆਂ ਪਈਆਂ ਨੇ ਬਹੁਤ ਨੁਕਸਾਨ ਹੋਇਆ ਪਿਆ ਹੈ ਵਿਚਾਰਿਆਂ ਦੀ ਫਸਲਾਂ ਦਾ ਤਾਂ ਬੁਰਾ ਹਾਲ ਹੋਇਆ ਪਿਆ ਹੈ ਉਹ ਤਾਂ ਅਜੇ ਪਾਣੀ ਵਿੱਚ ਬਹੁਤ ਖੜਿਆ ਹੈ ਤੇ ਫਸਲਾਂ ਤਾਂ ਭਈਆ ਜੀ ਮਿਹਨਤ ਹੀ ਨਹੀਂ ਹੈਗੀ ਸੀ ਵੀ ਉਹ ਜਾਮਣ ਗਈਆਂ ਅਜੇ ਕਣਕ ਦੀ ਵੀ ਮਿਹਨਤ ਨਹੀਂ ਹੈਗੀ ਪਾਣੀ ਬਹੁਤ ਅਜੇ ਵਗ ਰਿਹਾ ਬਹੁਤ ਆਰੂ ਹੈ ਜਿਵੇਂ ਸੜਕਾਂ ਦੀ ਹਾਲਤ ਵੀ ਕਾਫੀ ਖਰਾਬ ਹੈ ਤਾਂ ਤੁਸੀਂ ਕਿਸ ਤਰ੍ਹਾਂ ਫਿਰ ਇੱਥੇ ਆਏ ਕਿਸ ਤਰ੍ਹਾਂ ਹੋ ਅਸੀਂ ਬਸ ਵਿੱਚੋਂ ਆਏ ਹਾਂ ਵਹੀਕਲ ਲੰਘਦੀ ਨਹੀਂ ਸੀ ਬੜੀ ਮੁਸ਼ਕਲ ਨਾਲ ਆਏ ਹਾਂ ਪਾਣੀ ਲਾਂਘ ਕੇ ਆਏ ਹਾਂ ਬੱਚੇ ਡਰਦੇ ਸੀ ਤੇ ਕਹਿੰਦੇ ਸੀ ਮੰਮੀ ਆਪਾਂ ਹਟ ਚੱਲੀਏ ਕਾਫੀ ਬਹੁਤ ਹੀ ਵਗਿਆ ਜਾਂਦਾ ਹੈ ਲੱਖ ਲੱਖ ਜਿੱਡਾ ਪਾਣੀ ਹੈਗਾ ਹੈ ਅਸੀਂ ਤੋਰ ਕੇ ਆਉਣ ਆਏ ਹਾਂ ਜੀ ਪੈਦਲ ਹੀ ਲੰਘੇ ਕਿੰਨੀ ਕੁ ਖਿਆਈ ਹੋਈ ਹੋਈ ਬਹੁਤ ਹੀ ਖਿਆਈ ਹੋਈ ਹੈ ਬੜਾ ਤੇਜ਼ੀ ਨਾਲ ਹੀ ਪਾਣੀ ਸਪੀਡ ਨਾਲ ਹੀ ਜਾ ਰਿਹਾ ਹੁਣ ਤੁਸੀਂ ਵਾਪਸ ਜਾ ਰਹੇ ਹੋ ਹਾਂਜੀ ਅਸੀਂ ਵਾਪਸ ਜਾ ਰਹੇ ਹਾਂ ਭਾਈ ਹੋਰ ਇਹ ਸੜਕਾਂ ਸਾਰੀਆਂ ਪਿੰਡ ਦੀਆਂ ਟੁੱਟੀਆਂ ਹੋਈਆਂ ਨੇ ਜੀ ਆਉਣਾ ਜਾਣਾ ਬਹੁਤ ਹੀ ਜੀ ਔਖਾ ਹੋ ਰਿਹਾ ਤੇ ਸੜਕ ਵਿੱਚ ਪਾਣੀ ਵੀ ਕਈ ਥਾਂ ਤੇ ਖੜਿਆ ਜੇ ਤੇ ਲੰਘਾ ਟੱਪ ਬੜਾ ਹੀ ਔਖਾ ਹੈ ਜੀ ਭਾਈ ਜੀ ਜਿਹੜਾ ਹੁਣ ਪਹਿਣਾ ਆਉਂਦੀਆਂ ਜਾਂਦੀਆਂ ਪਈਆਂ ਨੇ ਔਖਾ ਹੀ ਹੈ ਜੀ ਹਾਂਜੀ ਮੋਟਰਸਾਈਕਲ ਤਾਂ ਉੱਥੋਂ ਲੱਗ ਨਹੀਂ ਰਿਹਾ ਪਰ ਉਹ ਆਉਂਦੇ ਆ ਤੋਰ ਕੇ ਤੇ ਫਿਰ ਅੱਗੇ ਮੋਟਰਸਾਈਕਲ ਜੇ ਕੋਈ ਹੋਵੇ ਕਿਸੇ ਦਾ ਖੜਿਆ ਹੋਵੇ ਤਾਂ ਉਹਦੇ 'ਤੇ ਆ ਜਾਈਏ ਆਉਣਾ ਜਾਣਾ ਸਾਰਾ ਹੀ ਔਖਾ ਹੈ ਜੀ ਟਰਾਲੀ ਜੇ ਕੋਈ ਜਾਂਦੀ ਤਾਂ ਫਿਰ ਮੈਂ ਵੀ ਹੁਣੇ ਬੱਚੇ ਛੱਡਣ ਆਇਆ ਸੀ ਟਰਾਲੀ ਚੱਲੀ ਸੀ ਰਾਸ਼ਨ ਵਾਲੀ ਮੁਕਤਸਰ ਸਾਹਿਬ ਤੋਂ ਆਇਆ ਰਾਸ਼ਨ ਦੇਣ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਜਿਹੜੇ ਸਾਨੂੰ ਆਸ ਪਾਸ ਦੇ ਪਿੰਡ ਵਾਲੇ ਬਚਾਈ ਖੜੇ ਆ ਲੰਗਰ ਪਾਣੀ ਸੇਵਾ ਵਾਧੂ ਕੀਤੀ ਜਾਂਦੇ ਆ ਬਾਕੀ ਸਰਕਾਰ ਵੱਲੋਂ ਇੰਨੇ ਨਹੀਂ ਆ ਰਿਹਾ ਕੁਛ ਨੁਕਸਾਨ ਤਾਂ ਜੀ ਬਹੁਤ ਹੋ ਗਿਆ ਜੀ ਆ ਪਾਰ ਦੇ ਪਿੰਡ ਜਿਹੜੇ ਵੀ ਨੇ ਸਾਰੇ ਨੁਕਸਾਨ ਬਹੁਤ ਹੋ ਗਿਆ ਜੀ ਅਤੇ ਸਾਡਾ ਪਿੰਡ ਤੇਜਰ ਵੇਲਾ ਜਿਹੜਾ ਉੱਥੋਂ ਫਸਲਾਂ ਵੀ ਸਾਰਿਆਂ ਹਰੇਕ ਪਿੰਡ ਦੀ ਬਰਬਾਦ ਹੋ ਚੁੱਕੀ ਹੈ ਜਿਹੜਾ ਦੋ ਤਿੰਨਾਂ ਤਿੰਨਾਂ ਵਾਰੀ ਝੋਨਾ ਲਾਇਆ ਸੀ ਉਹ ਸਭ ਬਰਬਾਦ ਹੋ ਗਿਆ ਅਤੇ ਪਿੰਡ 'ਤੇ ਬਹੁਤ ਹੀ ਨੁਕਸਾਨ ਆ ਜੀ ਮਕਾਨ ਤਾਂ ਜੀ ਵੇਖੋ ਜੀ ਪਿੰਡ ਤਾਂ ਜਿਹੜਾ ਜਿੱਥੇ ਪਾਣੀ ਚੱਲਦਾ ਪਿਆ ਜਿਵੇਂ ਸੇਮ ਚੱਲ ਰਹੀ ਪਿੰਡਾਂ ਵਿੱਚ ਵੀ ਅਤੇ ਨੁਕਸਾਨ ਤਾਂ ਪਿੰਡਾਂ ਦਾ ਹੋ ਰਿਹਾ ਜਿਹੜੇ ਪਿੰਡ ਹੈਗੇ ਆ ਆਪਣੇ ਮਕਾਨ ਉਹਨਾਂ ਦੇ ਦਰਾੜਾਂ ਪੈ ਰਹੀਆਂ ਜਿਹੜੇ ਨੇੜੇ ਹੈਗੇ ਆ ਪਾਣੀ ਦੇ ਬਿਲਕੁਲ ਜਿਹੜੇ ਵਿਚਕਾਰ ਹੈਗੇ ਉਹ ਤਾਂ ਜੇ ਠੀਕ ਹੈ ਟਾਣੀਆਂ ਤਾਂ ਵਾਧੂ ਹੋ ਗਿਆ ਨੁਕਸਾਨ ਜਿਵੇਂ ਪਾਣੀ ਵਿੱਚ ਖੜੀਆਂ ਟਾਣੀਆਂ ਉਹਨਾਂ ਨੂੰ ਨੁਕਸਾਨ ਬਹੁਤ ਹੋ ਰਿਹਾ ਦੇਖੋ ਜੀ ਵੀ ਇੱਕ ਮਕਾਨ ਬਣਾਉਣਾ ਹੋਵੇ ਤਾਂ 1.5-2 ਲੱਖ ਦਾ ਖਰਚਾ ਹੋ ਜਾਂਦਾ ਹੈ ਅਤੇ ਲੱਖ ਪਲੱਸ ਤਾਂ ਦੇਣਾ ਚਾਹੀਦਾ ਹੈ ਮੁਆਵਜ਼ਾ ਹੁੰਦਾ ਜੀ ਫਸਲ ਦਾ 50+ ਹੋਣਾ ਚਾਹੀਦਾ ਜੀ ਦੇਖੋ ਜੀ ਪੈਸਾ ਤਾਂ ਬਹੁਤ ਆ ਰਿਹਾ ਸੈਂਟਰ ਵੱਲੋਂ ਵੀ ਅਤੇ ਅਗਾਂਹ ਸ਼ੋਅ ਕਰਨ ਸਾਰਾ ਤਾਂ ਫਿਰ ਤਾਂ ਦੇ ਵੀ ਸਕਦੇ ਆ ਉਹਨਾਂ ਸਭ ਕੁਝ ਕਰਨ ਤਾਂ ਕਿੱਲੇ ਦਾ ਜੀ ਝੋਨਾ ਵੇਖੋ ਜੀ 1 ਲੱਖ ਤੋਂ ਪਲੱਸ ਹੋ ਜਾਂਦਾ ਜੀ ਝੋਨਾ ਅਤੇ ਮੁਆਵਜ਼ੇ ਦੀ ਗੱਲ ਕਰੀਏ ਤਾਂ ਮੁਆਵਜ਼ਾ ਸਿਰਫ 6800 ਦੇ ਰਹੇ ਆ ਸੋਹਣਾ ਸਾਹਿਬ ਅਤੇ ਦੇਣਾ ਤਾਂ ਚਾਹੀਦਾ 50+ ਤਾਂ ਦੇਣਾ ਚਾਹੀਦਾ 6800 ਪਹਿਲਾਂ ਦੇ ਰਹੇ ਆ ਬਈ ਜਿਵੇਂ ਪਾਣੀ ਅਜੇ ਖੜਿਆ ਅਤੇ ਕਹਿੰਦੇ ਆ ਵੀ ਬਾਅਦ ਵਿੱਚ ਬਾਕੀ ਦਾ ਮਿਲੇਗਾ ਜੀ ਮਾਨ ਸਾਹਿਬ ਤਾਂ ਪਹਿਲਾਂ ਆਉਂਦੇ ਰਹੇ ਆ ਜਦੋਂ ਦੇ ਬਣੇ ਆਪਣੇ ਮੁੱਖ ਮੰਤਰੀ ਸੀਐਮ ਉਹ ਤੋਂ ਪਿੱਛੇ ਨਹੀਂ ਆਏ ਅਤੇ ਉਹਨਾਂ ਨੂੰ ਪਤਾ ਵੀ ਹੈ ਇਹਨਾਂ ਪਿੰਡਾਂ ਦੇ ਹਾਲਾਤ ਵੇਖੇ ਹੋਏ ਜਾਣਕਾਰੀ ਗਲੀਆਂ ਗਲੀਆਂ 'ਚ ਤੁਰੇ ਹੋਏ ਆ ਉਹਨਾਂ ਨੂੰ ਸਾਰਾ ਪਤਾ ਵੀ ਇੱਥੇ ਕੀ ਮੁਸ਼ਕਲਾਂ ਹੈਗੀਆਂ ਨੇ ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇੱਕ ਵਾਰ ਇਹ ਕਰਨ ਦੌਰਾ ਅਤੇ ਆਦਾ ਪਤਾ ਲਾਉਣਗੇ ਇੱਥੇ ਕੀ ਨੁਕਸਾਨ ਹੋਇਆ ਅਤੇ ਮੁਆਵਜ਼ਾ ਵੀ ਦੇਣ ਹਰੇਕ ਕਾਰਨ ਜਿਵੇਂ ਵੀ ਹੁੰਦਾ ਮੁਆਵਜ਼ਾ ਤਾਂ ਜੀ ਵੇਖੋ ਸਾਰਿਆਂ ਨਾਲ ਹੀ ਹੋਣਾ ਹੈ ਇਹੀਆਂ ਕੱਢਲੇ ਸਾਡੇ ਪਿੰਡ ਹੀ ਨਹੀਂ ਡੁੱਬੇ ਹੋਰ ਵੀ ਵੱਧ ਨੁਕਸਾਨ ਹੋਇਆ ਜਿਵੇਂ ਵੀ ਸਰਕਾਰ ਕਰੇਗੀ ਉਹ ਇੱਕ ਸਾਰ ਹੀ ਵੇਖੇਗੀ ਸਾਰਿਆਂ ਨੂੰ ਅਤੇ ਮੁਆਵਜ਼ੇ ਦੀ ਤਾਂ ਮੰਗ ਸਾਰੀ ਕੀਤੀ ਕਲਿਆ ਵੀ 50+ ਹੀ ਹੋਣਾ ਚਾਹੀਦਾ ਨੀਂਦ ਹੈਗੀ ਆ ਸਰਕਾਰ ਇੰਨੀ ਮਾੜੀ ਵੀ ਨਹੀਂ ਕਹਿ ਸਕਦੇ ਸਰਕਾਰ ਸੁਣੇਗੀ ਕੁਝ ਸਾਡੇ